ਨਮਸਤੇ, ਜੈ ਸ਼੍ਰੀ ਰਾਮ। ਮੈਂ ਤੁਹਾਡਾ ਦੋਸਤ ਸੁਦਰਸ਼ਨ ਭਾਰਗਵ ਔਰ ਤੁਸੀਂ ਦਿਖਾ ਦਿਓ ਐਸ ਬੀ ਕਠੂਆ ਨਿਊਜ਼। ਜਿਵੇਂ ਕਿ ਤੁਸੀਂ ਪਤਾ ਹੈ ਕਿ ਪਿਛਲੇ ਦਿਨੇ ਮਿਊਂਸੀਪਲ ਕੌਂਸਲ ਨੇ ਇੱਕ ਅਭਿਆਨ ਚਲਾਇਆ ਹੈ ਜਿਹੜਾ ਰੇੜੀ ਫੜੀ ਹਟਾਓ। ਇੰਨੀਆਂ ਰੇੜੀ ਫੜੀ ਹਟਾਓ ਜਿਹੜਾ ਮੈਡੀਕਲ ਕਾਲਜ ਦੇ ਬਾਹਰ ਕੁਛ ਵਿਡੋ ਮਹਿਲਾ ਹੀ ਹਾਂ, ਕੁਛ ਲੋਕ ਗਰੀਬ ਲੋਕ ਹੈ ਜਿਹਨੇ ਆਪਣੇ ਖੋਖੇ ਰੇੜੀ ਲਾਈ ਹੈ ਅਤੇ ਆਪਣਾ ਟੱਬਰ ਪਾ ਲਾ ਦੇ ਹੈ। ਅਤੇ ਜ਼ਿਲ੍ਹਾ ਉਹਨੇ ਤੋੜੇ ਗਿਆ ਅਤੇ ਕਾਫੀ ਮੁਸ਼ਕਲ ਆਈ ਹੈ ਉਹਨੇ ਲੋਕਾਂ ਦੀ, ਔਰ ਸਾਡੇ ਸਾਹਮਣੇ ਉਸ ਕੁਛ ਮਹਿਲਾਵਾਂ ਜਿਹੜੀਆਂ ਵਿਡੋ ਜਿਹੜੀਆਂ ਉਹ ਰੋਈਆਂ ਸਾਡੇ ਸਾਹਮਣੇ। ਉਹਨੇ ਗਲਾਇਆ ਕਿ ਮੈਂ ਆਪਣਾ ਟੱਬਰ ਜਿਹੜਾ ਪਾ ਲੈਣੀ ਆ, ਇਸ ਰੇੜੀ ਪਾ ਲੈਣੀ ਆ, ਰੋਟੀ ਬਣਾਈ ਆ ਲੋਕ ਖਿਲਾਉਣੀ ਆ ਔਰ ਕਮਾਈ ਕਰਨੀ ਆ ਅਤੇ ਮੇਰੇ ਬੱਚੇ ਦੇ ਨਾਲ ਪਲਾ ਦੇਣਾ। ਇਹਨੇ ਅਸਾਂ ਆਖਿਆ, ਉਸਲੇ ਸਾਡੀ ਵੀ ਕੋਸ਼ਿਸ਼ ਹੁੰਦੀ ਕਿ ਕਿਸੇ ਗਰੀਬੀ ਕੋਈ ਗਰੀਬ ਮਾਰਨੀ ਹੋਵੇ। ਅਸਾਂ ਉਸਲੇ ਇਹਨੇ ਬੋਲਿਆ ਹਾਂ ਕਿ ਤੁਸ ਡੀ ਸੀ ਕਠੂਆ ਜਿਹੜੇ ਡਾਕਟਰ ਰਕੇਸ਼ ਮਿਨਹਾਸ ਨੇ ਉਹਦੇ ਕੋਲ ਜਾਓ ਔਰ ਤੁਹਾਡੀ ਸਮੱਸਿਆ ਬਿਲਕੁਲ ਉਹ ਹੱਲ ਕਰਨਗੇ। ਅਸਾਂ ਜਿਵੇਂ ਬੋਲਿਆ ਉਹਨੇ ਸਾਡੀ ਗੱਲ ਦਾ ਵੀ ਅਸਰ ਕੀਤਾ ਅਤੇ ਉਹ ਜਿਹੜੀਆਂ ਮਹਿਲਾਵਾਂ ਹਾਂ ਵਿਚਾਰੀ ਗਰੀਬ ਪਰਿਵਾਰ ਹਾਂ ਉਹ ਡੀ ਸਾਹਿਬ ਕੋਲ ਗਏ ਨੇ ਔਰ ਡੀ ਸੀ ਕਠੂਆ ਨੇ ਜਿਹੜਾ ਉਹਨੇ ਅੱਗੇ ਸੀ ਓ ਕੋਲ ਭੇਜਿਆ ਅਤੇ ਉਹਦੀ ਜਿਹੜੀਆਂ ਮੰਗਾਂ ਪੂਰੀਆਂ ਹੋਈਆਂ। ਉਹਨੇ ਅਨੁਮਤੀ ਦਿੱਤੀ ਗਈ ਆ ਕਿ ਤੁਸੀਂ ਜਿੱਥੇ ਤੁਹਾਡੇ ਖੋਖੇ ਵਗੈਰਾ ਜਿਹੜੀਆਂ ਢਾਈਆਂ ਨਾ ਉਹਦੇ ਕੋਲ ਥੱਲੇ ਜਿਹੜੀ ਹਸਪੀਟਲ ਦੀ ਜਿਹੜੀ ਦੀਵਾਰ ਹੈ ਉਹਦੇ ਨਾਲ ਤੁਸੀਂ ਲਾ ਸਕਦੇ ਹੋ ਔਰ ਆਪਣੀ ਰੋਜ਼ੀ ਰੋਟੀ ਕਮਾ ਸਕਦੇ ਹੋ, ਜਿੰਨੇ ਤੱਕ ਨੈਸ਼ਨਲ ਹਾਈਵੇ ਦਾ ਕੰਮ ਨਹੀਂ ਲੱਗਦਾ। ਅਤੇ ਆਓ ਹਾਂ ਤੁਹਾਡੀ ਗੱਲਬਾਤ ਕਰਾਚਾ ਜਿਹੜੀਆਂ ਉਸ ਦਿਨ ਰੋਵਾ ਦੀਆਂ ਹਾਂ ਉਹ ਕਿਆ ਆਖਦੀਆਂ ਨਾ ਉਹਦੇ ਨਾਲ ਗਈਆਂ ਔਰ ਮੈਂ ਆਪਣੇ ਸਹਿਯੋਗੀ ਲੱਗਾ ਕੁਛ ਲੋਕ ਉੱਥੇ ਬਹੀਏ ਖਾਣਾ ਵਗੈਰਾ ਖਾ ਦੇ ਜਿਹੜਾ ਆਪਣਾ ਪਰਿਵਾਰ ਪਾਲਦੀ ਹਾਂ ਉਹ ਤੁਹਾਨੂੰ ਦਿਸ਼ ਦੱਸਾਂ। ਮੈਂ ਆਪਣੇ ਸਹਿਯੋਗੀ ਲੱਗਾ ਇੱਕ ਮਿੰਟ ਥੋੜ੍ਹਾ ਜਿਹਾ ਉਹਦੀ ਤਸਵੀਰਾਂ ਆਸਣ ਕਿ ਕਿਵੇਂ ਵਿਚਾਰੇ ਕੰਮ ਕਰਦੇ ਹੋ ਉੱਥੇ। ਹਾਂਜੀ ਤਾਂ ਜੀ, ਕੀ ਨਾਂ ਤੁਹਾਡਾ? ਸਰ ਮੇਰਾ ਨਾਂ ਸ਼ਕੁੰਤਲਾ ਦੇਵੀ ਹੈ। ਜਿਸ ਦਿਨ ਰੇੜੀਆਂ ਫੜੀਆਂ ਢਾ ਦੇ ਅਤੇ ਤੁਹਾਡੀ ਵੀ ਰੇੜੀ ਫੜੀ ਢਾਈ ਸੀ ਨੇ ਅਤੇ ਤੁਸੀਂ ਉਸਲੇ ਰੋਈਆਂ ਹਾਂ, ਤੁਸੀਂ ਆਖਿਆ ਕਿ ਮੈਂ ਇਸੇ ਕੰਮ ਪਰ ਆਪਣਾ ਟੱਬਰ ਜਿਹੜਾ ਪਾਲਣਾ ਨਹੀਂ ਹੈ ਅਤੇ ਮੀਂਹ ਬੜੀ ਮੁਸ਼ਕਲ ਹੋਣੀ ਹੈ, ਫਿਰ ਤੁਸੀਂ ਅਸਾਂ ਸਾਨੂੰ ਤੋਰ ਤੁਹਾਨੂੰ ਬੋਲਿਆ ਹਾਂ ਕਿ ਡੀ ਸੀ ਕਠੂਆ ਦੇ ਕੋਲ ਜਾਓ ਤੁਹਾਡੀ ਮਦਦ ਹੋਣੀ ਹੈ। ਸੁਣਾਓ ਤੁਹਾਡੀ ਕੀ ਕੀ ਗੱਲਬਾਤ, ਜਿਵੇਂ ਅਸਾਂ ਬੋਲਿਆ ਹਾਂ ਤੁਹਾਡੀ ਕਿਵੇਂ ਕਿਵੇਂ ਗੱਲਬਾਤ ਹੋਈ ਹੈ, ਅੱਜ ਤੁਸੀਂ ਆਪਣਾ ਖੋਖਾ ਲਾ ਲਿਆ ਔਰ ਦੁਬਾਰਾ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ, ਇਹ ਬਾਰੇ ਪੂਰੀ ਜਾਣਕਾਰੀ ਤੁਸੀਂ ਕੀ ਕੀਤਾ, ਕਿਵੇਂ ਇੱਥੇ ਦੁਬਾਰਾ ਖੋਲ੍ਹੀ ਹੈ? ਸਰ ਤੁਸੀਂ ਸਾਡੀ ਬੜੀ ਮਦਦ ਕੀਤੀ ਇਸ ਕੰਮਾਂ ਦੇ ਵਿੱਚ ਅਤੇ ਅਸੀਂ ਬੜੇ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਜਿਹੜਾ ਤੁਸੀਂ ਸਾਨੂੰ ਮੁੜੀਏ ਇੱਕ ਵਾਰੀ ਮੌਕਾ ਦਿੱਤਾ ਕਿ ਅਸੀਂ ਚਲੋ ਆਪਣੀ ਰੋਜ਼ੀ ਰੋਟੀ ਜਿਹੀਆਂ ਕਮਾ ਰਹੇ ਇੰਨੀਆਂ ਕਮਾਈਏ ਖਾ ਰਹੇ ਹਾਂ। ਤੁਸੀਂ ਸਾਨੂੰ ਬੋਲਿਆ ਕਿ ਡੀ ਸੀ ਸਾਹਿਬ ਕੋਲ ਜਾਓ, ਹੁਣੇ ਤੁਹਾਡੀ ਜਿਹੜੀ ਫਰਿਆਦ ਹੈ ਸੁਣਨੀ ਹੈ, ਡੀ ਸੀ ਸਾਹਿਬ ਇੰਨੇ ਵੀ ਮਾੜੇ ਨਹੀਂ ਹੈ, ਬੜੇ ਅੱਛੇ ਨੇ। ਅਸੀਂ ਉਹਦੇ ਕੋਲ ਗਏ, ਉਹਨੇ ਸਾਨੂੰ ਮਤਲਬ ਕਿ ਬੋਲਿਆ, ਠੀਕ ਬੋਲਿਆ, ਹੁਣ ਇਹ ਸੁਣਾਈ ਆਪਣੀ ਕਹਾਣੀ ਕਿ ਇਹ ਹਿਸਾਬ ਹੈ ਸਾਡਾ। ਉਹਨੇ ਸਾਨੂੰ ਸੀ ਓ ਸਾਹਿਬ ਕੋਲ ਭੇਜਿਆ ਅਤੇ ਉਹਨੇ ਮਾਰਕ ਕਰੀ ਤੀ ਕਿ ਸੀ ਓ ਸਾਹਿਬ ਕੋਲ ਜਾਓ, ਉਹਦੇ ਕੰਨੇ ਗੱਲ ਕਰੋ। ਫਿਰ ਅਸੀਂ ਉਹਦੇ ਕੋਲ ਗਏ, ਸੀ ਓ ਸਾਹਿਬ ਵੀ ਬੜੇ ਅੱਛੇ ਨੇ ਅਤੇ ਅਸੀਂ ਉਹਦੇ ਵੀ ਬੜੇ ਸ਼ੁਕਰਗੁਜ਼ਾਰ ਹਾਂ, ਉਹਨੇ ਸਾਨੂੰ ਮੁੜੀਏ ਟਾਈਮ ਦਿੱਤਾ ਕੰਮ ਕਰਨ ਦਾ ਅਤੇ ਚਲੋ ਅਸੀਂ ਕੰਮ ਕਰੀਏ, ਰੋਟੀ ਵੀ ਆਪਣਾ ਕੰਮ ਕਾਰ ਜਿਹੜਾ ਚਾਲੂ ਕਰੀ ਲਿਆ ਅਤੇ ਰੋਟੀ ਖਾਣ ਲੱਗੇ, ਆਪਣਾ ਬੱਚਾ ਵੀ ਪਾਲੀ ਲੈਗੀ ਮੈਂ ਅਤੇ ਆਪਣਾ ਘਰ ਵੀ ਚਲਾਈ ਲੈਗੀ, ਆਪਣਾ ਵੀ ਮਤਲਬ ਕਿ ਤੰਗ ਚਲਾਈ ਲੈਗੀ। ਅਤੇ ਇਸ ਵਾਸਤੇ ਮਹਾਰਾਜ ਤੁਹਾਡਾ ਧੰਨਵਾਦ ਆ, ਬੜੇ ਸ਼ੁਕਰ, ਮਤਲਬ ਕਿ ਤੁਹਾਡਾ ਬੜਾ ਬੜਾ ਸ਼ੁਕਰੀਆ ਜਿਹੜਾ ਸਾਨੂੰ ਤੁਸੀਂ ਮੁੜੀਏ ਮੌਕਾ ਦਿੱਤਾ ਹੈ ਸਾਨੂੰ ਰੋਟੀ ਖਾਣ ਦਾ। ਔਰ ਡੀਸੀ ਕਠੂਆ ਦਾ ਤੁਸੀਂ ਧੰਨਵਾਦ? ਹਾਂਜੀ, ਤੇ ਡੀਸੀ ਕਠੂਆ ਦਾ ਅਸੀਂ ਧੰਨਵਾਦ ਕਰਦੇ ਹਾਂ ਔਰ ਆਪਣੇ ਅਫਸਰਾਂ ਦਾ ਵੀ ਕਰਨੇ ਹਾਂ ਜਿਹੜੇ ਅਫਸਰ ਸਾਡਾ ਸਾਥ ਦਿੱਤਾ ਹੈ ਔਰ ਜਿਹਨੇ ਮੀਡੀਆ ਵਾਲੇ ਵੀ ਸਾਡਾ ਸਾਥ ਦਿੱਤਾ ਹੈ।
ਇਹ ਹੀ ਸਾਡੀਆਂ ਭੈਣ ਸ਼ਕੁੰਤਲਾ ਔਰ ਜਿਹਨੇ ਆਪਣੀ ਪੂਰੀ ਕਹਾਣੀ ਤੁਹਾਨੂੰ ਸੁਣਾਈ ਹੋਈ ਹੈ ਅਤੇ ਮੈਂ ਕਿੰਨੀਆਂ ਕਿੰਨੀਆਂ ਕੁਦੇ ਕੋਲ ਗਈ ਆ ਔਰ ਮੇਰਾ ਕੰਮ ਕਿੰਨਾ ਬਣਿਆ। ਮੈਂ ਸਹਿਯੋਗੀ ਗਲਾਗਾ ਕਿ ਇਹ ਇੱਕ ਰੇੜੀ ਫੜੀ ਹੈ ਜਿਹੜੀ ਤੁਹਾਨੂੰ ਦੱਸੀ ਹੈ ਜਿਹਨੇ ਆਪਣੀ ਰੋਜ਼ੀ ਰੋਟੀ ਕਮਾਉਣਾ ਸ਼ੁਰੂ ਕਰ ਦਿੱਤੀ ਹੈ। ਮੈਂ ਆਪਣੇ ਸਹਿਯੋਗੀ ਗਲਾਗਾ ਕਿ ਕੁਛ ਦੁਕਾਨਾਂ ਦੂਜੀ ਸਾਈਡ ਵੀ ਲੱਗੀ ਦੀਆਂ ਨਾ ਉਹਦੇ ਤੁਹਾਨੂੰ ਦੱਸੀ ਜਾਣ ਕਿ ਦੁਕਾਨਾਂ ਕਿਹੜੀ ਕਿਹੜੀ ਉੱਥੇ ਲੱਗੀ ਦੀਆਂ ਨੇ। ਆਓ ਮੇਰੇ ਪਿੱਛੇ ਪਿੱਛੇ ਬਿਲਕੁਲ ਇਹ ਮੈਡੀਕਲ ਕਾਲਜ ਕਠੂਆ ਜਿਹੜਾ ਬਿਲਕੁਲ ਉਹਦੇ ਸਾਹਮਣੇ ਜਿਹੜੀ ਦੁਕਾਨਾਂ ਸੀ ਨਾਲ ਦੁਕਾਨਾਂ ਲੱਗੀ ਦੀਆਂ ਜਿਸ ਪਿਛਲੇ ਦਿਨਾਂ ਮਿਊਂਸੀਪਲ ਕੌਂਸਲ ਨੇ ਢਾਈ ਉੜਿਆ ਹਾਂ ਅਤੇ ਇਹਨਾਂ ਲੋਕਾਂ ਬੜੀ ਫਰਿਆਦ ਕੀਤੀ ਸੀ ਡੀ ਸੀ ਕਠੂਆ ਅੱਗੇ ਵੀ ਸੀ ਓ ਸਾਹਿਬ ਅੱਗੇ ਵੀ ਕਿ ਇਹ ਸਾਡੀ ਸਮੱਸਿਆ ਸੁਣੀ ਹੈ ਅਸਾਂ ਟੱਬਰ ਪਾਲਣਾ ਕਿੰਨੀਆਂ ਪਾਲ ਗਏ। ਅਤੇ ਮੈਂ ਆਪਣੇ ਸਹਿਯੋਗੀ ਗਲਾਗਾ ਕਿ ਤੁਹਾਨੂੰ ਜਿਹੜੀਆਂ ਦ੍ਰਿਸ਼ ਨੇੜੇ ਇੱਕ ਵਾਰੀ ਇਸ ਜਿਹੜੀਆਂ ਰੇੜੀਆਂ ਫੜੀਆਂ ਲੱਗੀਆਂ ਨਾ ਉਹਦੇ ਦ੍ਰਿਸ਼ ਦੱਸਣ ਕਿ ਲੋਕ ਆਪਣੀ ਰੋਜ਼ੀ ਰੋਟੀ ਕਮਾਉਣਾ ਸ਼ੁਰੂ ਕਰ ਦਿੱਤੀ ਇਹਨੇ। ਬਿਲਕੁਲ ਇਹ ਦੇਖੋ ਲੋਕਾਂ ਦੇ ਮੂੰਹ ਪਰ ਮੁਸਕਰਾਹਟ ਆਈ ਹੈ, ਲੋਕ ਹੱਸਾ ਦੇ ਨੇ, ਖੁਸ਼ ਹੋਆ ਦੇ ਨੇ, ਲੋਕ ਖੁਸ਼ ਹੋਆ ਦੇ ਕਿ ਸਾਡਾ ਕੰਮ ਦੁਬਾਰਾ ਚੱਲੀ ਪਿਆ ਆ, ਬੜੀ ਖੁਸ਼ੀ ਵਾਲੀ ਗੱਲ ਹੈ। ਔਰ ਉਹਨੇ ਡੀ ਸੀ ਕਠੂਆ ਡਾਕਟਰ ਰਕੇਸ਼ ਮਿਨਹਾਸ ਦਾ ਵੀ ਬਹੁਤ ਬਹੁਤ ਧੰਨਵਾਦ ਕਰਾ ਦੇ ਨੇ ਕਿ ਮਹਾਰਾਜ ਡੀ ਸੀ ਕਠੂਆ ਨੇ ਵੀ ਸਾਡਾ ਬੜਾ ਸਾਥ ਦਿੱਤਾ, ਸੀ ਓ ਕਠੂਆ ਨੇ ਬੜਾ ਸਾਥ ਦਿੱਤਾ ਹੈ। ਅਤੇ ਆਊਂ ਇੱਕ ਹੋਰ ਨੇ ਜਿਹੜੇ ਉਸ ਦਿਨ ਬੜੇ ਉਭੀਰ ਹੋਆ ਦੇ, ਉਹਦੀ ਪਰਿਵਾਰ ਨੇ ਤੁਹਾਨੂੰ ਦੱਸਿਆ ਸਮਾਨ ਚੁੱਕੀ ਯਾਦ ਇਹ। ਅਤੇ ਅੱਜ ਤੁਹਾਡੇ ਕੰਨੇ ਗੱਲਬਾਤ ਕਰਾਚਾ ਕਿ ਜਿਹੜੇ ਉਸ ਦਿਨ ਬੜੇ ਲੋਕ ਨਿਰਾਸ਼ ਇਹ ਭਈਆ ਕਿਹ ਨਾਂ ਤੁਹਾਡਾ? ਮੇਰਾ ਨਾਂ ਜਗਦੀਸ਼ ਰਾਜ ਹੈ ਜੀ। ਜੀ ਅੱਜ ਅਸੀਂ ਆਪਣੀ ਰੇਹੜੀ ਫੜੀ ਲਾ ਲਈ ਹੈ, ਆਪਣੀ ਰੋਜ਼ੀ ਰੋਟੀ ਕਮਾਉਣਾ ਸ਼ੁਰੂ ਕਰ ਦਿੱਤੀ ਹੈ। ਹਾਂਜੀ ਦੱਸੇ ਕਿੰਨੀਆਂ ਕਿੰਨੀਆਂ ਦੁਆਰਾ ਤੁਹਾਨੂੰ ਪਰਮਿਸ਼ਨ ਮਿਲੀ ਇੱਥੇ ਲਾਉਣ ਦੀ? ਜੀ ਉਸ ਦਿਨ ਜਿਵੇਂ ਉਹਨਾਂ ਬੋਲਿਆ ਵੀ ਤੁਸੀਂ ਆਪਣਾ ਸਮਾਨ ਚੁੱਕੋ, ਪੈਕ ਚੁੱਕੀ ਹੈ ਸਾਈਡ ਹੋਈਏ, ਫਿਰ ਐਂ ਥੋੜ੍ਹਾ ਕੀਤਾ ਟਰੱਸਟ ਕੀਤਾ, ਮਤਲਬ ਸਾਰੇ ਇਕੱਠੇ ਹੋਏ ਗਏ। ਉਹਨੇ ਆਖਿਆ ਜਗ੍ਹਾ ਜੇ ਅਗਰ ਪਿੱਛੇ ਜਗ੍ਹਾ ਹੈ ਤਾਂ ਉੱਥੇ ਪਿੱਛੇ ਤੁਸੀਂ ਲਾਈ ਸਕਦੇ ਹੋ। ਜਿਵੇਂ ਸਵੇਰੇ ਆਉਣਾ ਤਰਪਾਲ ਨਹੀਂ ਲਾਉਣੇ, ਜਾਂ ਆਪਣਾ ਰੇਹੜੀ ਫੜੀ ਹੈ ਜਾਂ ਬੈਂਚ ਆ ਕੁਛ ਵੀ ਹੈ ਲਾਈ ਹੈ ਤਾਂ ਤੁਸੀਂ ਕੰਮ ਕਰੀ ਸਕਦੇ ਹੋ। ਹਾਂਜੀ ਅਸੀਂ ਬੜਾ ਸ਼ੁਕਰਗੁਜ਼ਾਰ ਹਾਂ ਉਹਦਾ, ਸਾਨੂੰ ਕੰਮ ਕਰਨ ਦੁਆਰਾ ਮੌਕਾ ਕਠੂਆ ਦੇ ਕੋਲ ਗਏ। ਹਾਂਜੀ ਹਾਂਜੀ ਕੀ ਆਖਿਆ ਉਹਨੇ? ਉਹਨੇ ਵੀ ਤੁਸੀਂ ਕੰਮ ਕਰੀ ਸਕਦੇ ਹੋ ਪਰ ਰੇਹੜੀ ਨਹੀਂ ਲਾ, ਪਰਮਾਨੈਂਟ ਨਹੀਂ ਲਾਉਣੀ, ਨਹੀਂ ਤਰਪਾਲ ਲਾਉਣੇ ਤਾਂ ਕੰਮ ਕਰੋ, ਰੋਜ਼ੀ ਰੋਟੀ ਕਮਾਓ ਅਤੇ ਨਹੀਂ ਗੱਲ ਤਾਂ ਸਫਾਈ ਰੱਖਣੀ ਹੈ। ਹਾਂਜੀ ਹਾਂਜੀ ਕੋਲ ਗਏ ਗਏ ਅਸੀਂ ਡੀ ਸੀ ਕੋਲ ਇਹ ਨਾ। ਹਾਂਜੀ 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 ਤੁਸੀਂ ਖੁਸ਼ ਹੋ? ਹਾਂਜੀ ਖੁਸ਼ ਹਾਂ ਜੀ। ਉਸ ਵੇਲੇ ਦੇਖਿਆ ਗਿਆ ਤੁਹਾਡੀ ਜਿਹੜੀ ਮਿਸਿਜ ਨੇ ਮੇਰਾ ਖਿਆਲ ਹੈ ਉਹ ਵੀ ਰੋਆ ਦੀ ਰੋਣ ਦਿੰਦੇ, ਛੋਟੇ ਛੋਟੇ ਬੱਚੇ ਇੰਨੇ ਚਿਰ ਹੋਇਆ ਕੰਮ ਕਰਦੇ, 27 ਸਾਲ ਹੋਇਆ ਕੰਮ ਕਰਦੇ ਅਤੇ ਜੇ ਅਗਰ ਰੋਜ਼ੀ ਚਲੀ ਆ ਤਾਂ ਫਿਰ ਰੋਣ ਤੇ ਆਉਂਦਾ ਹੈਗਾ, ਬੜਾ ਕੁਛ ਹੁੰਦਾ, ਦੁੱਖ ਹੁੰਦਾ, ਤਾਂ 3-4 ਦਿਨ ਅਸੀਂ ਵਿਹਲੇ ਰਹੇ, ਬੜਾ ਕੁਛ ਹੋਇਆ ਮਨ 'ਚ ਬਈ ਅੱਜ ਬੜੀ ਖੁਸ਼ੀ ਹੈ ਬਈ ਦੁਬਾਰਾ ਕੰਮ ਮਿਲੀ ਆ ਸਾਨੂੰ। ਹਾਂਜੀ ਇਹ ਅੱਜ ਲੋਕ ਦੇਖੋ ਕਿੰਨੇ ਖੁਸ਼ ਹੋਆ ਦੇ, ਇਹ ਵੀ ਇੱਥੇ ਆਈਆਂ ਹਾਂ। ਮੈਡਮ ਇੱਕ ਮਿੰਟ ਗੱਲ ਕਰਚਾ, ਮੈਡਮ ਕਿਹੜਾ ਤੁਹਾਡਾ? ਇੱਕ ਮਿੰਟ ਦੱਸਿਓ, ਇੱਕ ਮਿੰਟ ਦੱਸਿਓ। ਚਲੋ ਇਹ ਸ਼ਰਮਾਉਂਦੇ ਨੇ ਕੁਛ ਲੋਕ ਨਾ, ਗਲਾਉਂਦੇ ਨੇ ਪਿੰਡੇ ਲੋਕ ਹੁੰਦੇ ਕੁਛ ਸ਼ਰਮਾਉਂਦੇ ਨਾ, ਸਾਹਮਣੇ ਨਹੀਂ ਆਉਂਦੇ ਹਨ, ਉਹ ਕਹਿੰਦੇ ਮੈਨੂੰ ਸ਼ਰਮ ਆਉਂਦੀ ਹੈ ਟੀ ਵੀ ਅੱਗੇ ਆਉਣ ਦੀ। ਅੱਜ ਤੁਹਾਨੂੰ ਸੁਣਾਇਆ ਚਾਹ ਕਿ ਇਹ ਮਹਿਲਾ ਜਿਹੜੀਆਂ ਰੋਆ ਦੀਆਂ ਹਾਂ, ਇਹ ਨਾ ਜਿਹੜੀਆਂ ਉਸ ਵੇਲੇ ਰੜਾ ਦੀਆਂ ਕਿ ਇਹ ਆਖਾਂ ਦੀਆਂ ਉਸ ਲੈ ਕਿ ਸਾਡੀ ਮਦਦ ਕੀਤੀ ਹੈ, ਅਸਾਂ ਟੱਬਰ ਆਪਣਾ ਕਿੰਨਾ ਪਾਲਣਾ ਹੈ, ਇਹ 7-7, 8-8 ਸਾਲ 20-20 ਸਾਲ ਹੋਈ ਇੱਥੇ ਕੰਮ ਕਰਦੇ, ਹੁਣ ਅਸੀਂ ਟੱਬਰ ਕੀਆਂ ਪਾਲ ਗਏ। ਇਹਦੀ ਡੀ ਸੀ ਕਠੂਆ ਡਾਕਟਰ ਕੇਸ਼ ਮਿਨਹਾਸ ਨੇ ਗੱਲ ਸੁਣੀ ਹੈ, ਵਿਚਾਰ ਕੀਤਾ ਹੈ ਔਰ ਸੀ ਓ ਕੋਲ ਭੇਜਿਆ ਔਰ ਉਹਨੇ ਅਨੁਮਤੀ ਦਿੱਤੀ ਹੈ ਕਿ ਤੁਸ ਹੋਸਪਿਟਲ ਦੀ ਜਿਹੜੀ ਦੀਵਾਰ ਹੈ ਉਹਦੇ ਕੋਲ ਨਾ ਤੁਸੀਂ ਖੋਖੇ ਆਪਣੇ ਲਾ ਸਕਦੇ ਹੋ, ਪਰ ਬਲਕਿ ਪੱਕੇ ਨਹੀਂ, ਤੂੰ ਤਰਪਾਲ ਉੱਪਰ ਪਾਈਏ ਆਖੋ ਦੇ ਜਾਂ ਪੱਕੇ ਬਣਾਈਓ ਉਹ ਨਹੀਂ, ਪਰ ਤੁਸੀਂ ਜਿਵੇਂ ਆਪਣੀ ਰੋਜ਼ੀ ਰੋਟੀ ਕਮਾ ਦੇ ਇੰਨੇ ਕਮਾ ਸਕਦੇ ਹੋ। ਸਾਡੀ ਕੋਸ਼ਿਸ਼ ਸੀ ਜਿਵੇਂ ਇਹਨੇ ਉਜਾੜਿਆ ਉਸ ਲੈ
ਅਤੇ ਉਸ ਵੇਲੇ ਤੁਹਾਨੂੰ ਤਸਵੀਰਾਂ ਅਸੀਂ ਹਾਂ ਅੱਜ ਇਹਨੇ ਇੱਥੇ ਪ੍ਰਸ਼ਾਸਨ ਦੁਆਰਾ, ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਵਸਾਇਆ ਗਿਆ ਅਤੇ ਸਾਡਾ ਫਰਜ਼ ਬਣਦਾ ਇਹ ਵੀ ਤੁਹਾਨੂੰ ਦੱਸਣਾ ਕਿ ਇਹ ਦੇਖੋ ਕਿੰਨੀਆਂ ਕੰਮ ਕਰ ਰਹੇ ਨੇ। ਅੱਜ ਮੈਂ ਸਹਿਯੋਗੀ ਗਲਾਗਾ ਕਿ ਕਿੰਨੇ ਖੁਸ਼ ਨੇ, ਕਿੰਨੀਆਂ ਕੰਮ ਕਰ ਰਹੇ ਨੇ। ਹਾਂਜੀ, ਕੀ ਨਾਂ ਤੁਹਾਡਾ? ਨਮਸਤੇ ਵੀ, ਮੇਰਾ ਨਾਮ ਸੁਮਨ ਦੇਵੀ। ਸੁਮਨ ਦੇਵੀ, ਸੁਮਨ ਦੇਵੀ ਜੀ, ਪਿਛਲੇ ਦਿਨਾਂ ਵਿੱਚ ਤੁਹਾਡੀਆਂ ਰੇੜੀਆਂ ਬੜੀਆਂ ਢਾਈ ਉੜੀਆਂ। ਹਾਂਜੀ, ਤੇ ਤੁਹਾਡੇ ਇਸ ਰੋਆ ਦੀ ਹਾਂ ਤੁਸੀਂ? ਹਾਂਜੀ ਹਾਂ, ਬੜਾ ਬੁਰਾ ਹਾਲ ਹੈ ਤੁਹਾਡਾ। ਹਾਂਜੀ ਸਰ, ਜਿੰਦਾ ਕੋਈ ਕਮਾਉਣ ਵਾਲਾ ਨਹੀਂ ਹੁੰਦਾ ਉਹਨਾਂ ਨੂੰ ਤਾਂ ਰੋਣਾ ਆਉਂਦਾ ਹੀ ਹੈ ਲੇਡੀਜ਼ਾਂ ਨੂੰ। ਜਿਹਦੇ ਪਿੱਛੇ ਕਮਾਉਣ ਵਾਲਾ ਕੋਈ ਨਹੀਂ ਆ, ਬੱਚੇ ਤਿੰਨ ਨੇ, ਬੰਦਾ ਮੇਰਾ ਬਿਮਾਰ ਰਹਿੰਦਾ ਆ, ਉਹ ਹੋਸਪਿਟਲ ਰੋਜ਼ ਦਾਖਲ ਹੁੰਦਾ ਕੀਤੇ ਰਿਹਾ, ਰੋਜ਼ ਦਾਖਲ ਹੁੰਦਾ ਕੀਤੇ ਰਿਹਾ, ਦਿਨੇ ਮੈਂ ਆਪਣਾ ਕੰਮ ਕਰਨੀ, ਰਾਤੀ ਉਹਦੀ ਦੇਖਭਾਲ ਕਰਨੀ ਹੈ ਨਾਲ। ਚਲੋ ਸਰ, ਹੁੰਦਾ ਇੰਨਾ ਬੜਾ ਸ਼ੁਕਰੀਆ ਵੀ ਜਿਨ੍ਹਾਂ ਨੇ ਸਾਨੂੰ ਮੁੜ ਕੇ ਰੁਜ਼ਗਾਰ ਮੁੜ ਕੇ ਵਾਪਸ ਕੀਤਾ ਆ, ਵੀ ਤੁਸੀਂ ਕਮਾਓ ਅਤੇ ਖਾਓ, ਆਈ ਹੁੰਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਡੀਸੀ ਕਠੂਆ ਦਾ ਧੰਨਵਾਦ ਕਰਦੇ ਹਾਂ। ਹਾਂਜੀ, ਪੂਰੇ ਸ਼ਹਿਰ ਨੂੰ ਅਸੀਂ ਧੰਨਵਾਦ ਕਰਦੇ ਹਾਂ, ਹੋਰ ਜਿਨ੍ਹਾਂ ਦਾ ਰੁਜ਼ਗਾਰ ਨਹੀਂ ਆ ਉਹਨਾਂ ਨੂੰ ਵੀ ਰੁਜ਼ਗਾਰ ਮਿਲਣਾ ਚਾਹੀਦਾ। ਅਸੀਂ ਆਪਣੇ ਵੱਲੋਂ ਨਹੀਂ ਕਹਿੰਦੇ, ਅਸੀਂ ਸਭ ਵੱਲੋਂ ਕਹਿੰਦੇ ਹਾਂ, ਸਾਰੇ ਕਮਾਨ ਤੋਂ ਸਾਰੇ ਖਾਣ। ਦੇਖੋ ਜੀ, ਜ਼ਿਲ੍ਹਾ ਅੱਛਾ ਕੰਮ ਹੋਇਆ, ਜ਼ਿਲ੍ਹਾ ਪ੍ਰਸ਼ਾਸਨ ਕੋਈ ਅੱਛਾ ਕੰਮ ਕਰਿਆ ਅਤੇ ਲੋਕਾਂ ਦੇ ਚਿਹਰੇ ਖੁਸ਼ੀ ਆਉਂਦੀ ਆਉਂਦੀ ਹੈ। ਔਰ ਜ਼ਿਲ੍ਹਾ ਦੀਆਂ ਦੁਕਾਨਾਂ ਟੁੱਟੀਆਂ ਹਨ ਅਤੇ ਇਹਦੇ ਮੂੰਹਾਂ ਜਾਂ ਬਾਦੂਆਂ ਵੀ ਨਿਕਲ ਹੋਣੀਆਂ, ਲੇਕਿਨ ਅੱਜ ਇਹ ਕੰਮ ਦੁਬਾਰਾ ਕਰਨ ਲੱਗੇ ਨੇ ਅਤੇ ਅੱਜ ਇਹਦੇ ਮੂੰਹਾਂ 'ਚ ਹੀ ਦੁਆ ਨਿਕਲਾ ਦੀਆਂ ਨਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਵਾਸਤੇ ਬੜਾ ਚੰਗਾ ਕੀਤਾ ਹੈ। ਔਰ ਅਸ ਅੱਗੇ ਵਾਸਤੇ ਆਪਣਾ ਟੱਬਰ ਜਿਹੜਾ ਪਰਿਵਾਰ ਹੈ ਇਹ ਮਜ਼ੇ ਕਰਨਾ ਅਸ ਪਾਲੀ ਸਕਦੇ ਹਾਂ। ਤੁਸੀਂ ਦੇਖਦੇ ਰਹੋ SB ਕਠੂਆ ਨਿਊਜ਼।